ਫਾਇਰ ਸੇਫਟੀ ਬੂਟ ਅਤੇ ਫਾਇਰ ਸੇਫਟੀ ਵਰਦੀ ਨਾ ਮਿਲਣ ਕਾਰਨ ਫਾਇਰ ਕਰਮਚਾਰੀਆਂ ਵਿੱਚ ਕੈਪਟਨ ਸਰਕਾਰ ਪ੍ਰਤੀ ਰੋਸ। ਮੋਗਾ ਦੇ ਫਾਇਰ ਕਰਮਚਾਰੀਆਂ ਦਾ ਬੁਰਾ ਹਾਲ, 24-24 ਘੰਟੇ ਕਰਨੀ ਪੈਂਦੀ ਹੈ ਡਿਊਟੀ। ਮੋਗਾ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਕੋਈ ਪੁੱਛ ਪੜਤਾਲ ਨਹੀਂ ਹੈ, ਉਹਨਾਂ ਨੂੰ 24 ਘੰਟੇ ਡਿਊਟੀ ਕਰਨੀ ਪੈ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਫਾਇਰ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਫਾਇਰ ਕਰਮੀਆਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਦੇ ਚੱਲਦਿਆਂ ਉਹਨਾਂ ਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਹੈ। ਉਹਨਾਂ ਦੱਸਿਆ ਕਿ 24 ਘੰਟੇ ਡਿਊਟੀ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਓਵਰ ਟਾਈਮ ਨਹੀਂ ਦਿੱਤਾ ਜਾਂਦਾ। ਉਹਨਾਂ ਦੱਸਿਆ ਕਿ ਜਦ ਕਦੇ ਉਹਨਾਂ ਨੂੰ ਅੱਗ ਬੁਝਾਉਣ ਲਈ ਜਾਣਾ ਪੈਂਦਾ ਹੈ ਤਾਂ ਉਹਨਾਂ ਕੋਲ ਨਾ ਤਾਂ ਸੇਫਟੀ ਬੂਟ ਹੁੰਦੇ ਹਨ ਅਤੇ ਨਾ ਹੀ ਸੇਫਟੀ ਵਰਦੀ, ਜਿਸ ਕਾਰਨ ਉਹਨਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਅੱਗ ਬੁਝਾਉਣੀ ਪੈਂਦੀ ਹੈ। ਦੂਜੇ ਪਾਸੇ ਕੱਚੇ ਮੁਲਾਜ਼ਮ ਹਨ ਜਿਨ੍ਹਾਂ ਦਾ ਬੀਮਾ ਵੀ ਨਹੀਂ ਹੋਇਆ, ਜਿਸ ਕਾਰਨ ਉਹਨਾਂ ਨੂੰ ਹਰ ਵਕਤ ਆਪਣੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸੰਬੰਧ ਵਿੱਚ ਜਦ ਫਾਇਰ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਟਾਫ ਦੀ ਕਮੀ ਕਾਰਨ ਕਰਮਚਾਰੀਆਂ ਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਹੈ ਅਤੇ ਪੂਰੇ ਜ਼ਿਲ੍ਹੇ ਵਿੱਚ ਸਿਰਫ 4 ਹੀ ਫਾਇਰ ਬ੍ਰਿਗੇਡ ਗੱਡੀਆਂ ਹਨ। ਇਸ ਸੰਬੰਧ ਵਿੱਚ ਜਦ ਮੋਗਾ ਦੇ DC ਸੰਦੀਪ ਹਾਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਨਗਰ ਨਿਗਮ ਨਾਲ ਗੱਲਬਾਤ ਕਰਕੇ ਖਾਲੀ ਪੋਸਟਾਂ ਭਰੀਆਂ ਜਾਣਗੀਆਂ। ਪੋਸਟਾਂ ਖਾਲੀ ਹੋਣ ਕਾਰਨ ਮੁਲਾਜ਼ਮਾਂ ਨੂੰ 24 ਘੰਟੇ ਡਿਊਟੀ ਦੇਣੀ ਪੈ ਰਹੀ ਹੈ। ਫਾਇਰ ਸੇਫਟੀ ਨੂੰ ਲੈ ਕੇ DC ਨੇ ਕਿਹਾ ਕਿ ਇਹਨਾਂ ਦੀਆਂ ਸਮੱਸਿਆਵਾਂ ਬਾਰੇ ਜਲਦੀ ਹੀ ਸਰਕਾਰ ਨੂੰ ਲਿਖਿਆ ਜਾਵੇਗਾ। ਪੰਜਾਬ ਗਲੋਬਲ ਲਈ ਮੋਗਾ ਤੋਂ ਲਛਮਣਜੀਤ ਪੁਰਬਾ ਦੀ ਰਿਪੋਰਟ। ਸਰਦਾਰ ਬਿਆਨ ਸਿੰਘ ਜੀ, ਬਿਆਨ ਸਿੰਘ ਜੀ, ਕੀ ਦਿੱਕਤ ਆ ਰਹੀ ਹੈ ਜੀ ਤੁਹਾਨੂੰ? ਲਗਾਤਾਰ ਅੱਗ ਲੱਗ ਰਹੀ ਆ, ਨਾੜਾਂ ਨੂੰ ਅੱਗ ਲਾ ਰਹੇ ਆ ਕਿਸਾਨ ਤੇ ਕਣਕ ਨੂੰ ਲਾ ਰਹੇ ਆ। ਬਿਲਕੁਲ ਜੀ, ਕੀ ਦਿੱਕਤ ਆ ਰਹੀ ਹੈ ਜੀ? ਦਿੱਕਤ ਸਰ ਕੋਈ ਵੀ ਨਹੀਂ ਆ ਰਹੀ, ਦਿੱਕਤ ਤਾਂ ਬਸ ਆਹੀ ਹੈ ਵੀ ਅਸੀਂ ਡਿਊਟੀ 24-24 ਘੰਟੇ ਕਰ ਰਹੇ ਹਾਂ ਜੀ, ਮੁਲਾਜ਼ਮ ਦੀ ਸਾਡੇ ਕੋਲ ਘਾਟ ਆ ਜੀ, ਨਾ ਤਾਂ ਸਾਨੂੰ ਸਰਕਾਰ ਓਵਰ ਟਾਈਮ ਦੇ ਰਹੀ ਆ। 24 ਘੰਟੇ ਡਿਊਟੀ ਲਾ ਕੇ ਅਸੀਂ ਵਾਪਸ ਸਟੇਸ਼ਨ 'ਤੇ ਆ ਜਾਂਦੇ ਹਾਂ, ਜੇ ਕੋਈ ਸਟੇਸ਼ਨ ਤੋਂ ਫਾਇਰ ਕਾਲ ਹੁੰਦੀ ਆ ਟੈਂਡਰ ਨਾਲ, ਇੱਥੇ ਉਹ ਟੈਂਡਰ 'ਤੇ ਸਾਨੂੰ ਫਿਰ ਚੜ੍ਹਨਾ ਪੈਂਦਾ। ਸਾਡੇ ਹਾਲਾਤ ਵੇਖ ਲਓ ਤੁਸੀਂ ਕੀ ਆ ਜੀ, ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਜੀ। ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ, ਜ਼ਿਆਦਾ ਸਾਡਾ ਓਵਰ ਟਾਈਮ ਲਾਇਆ ਜਾਵੇ, ਨਾਲੇ ਬੰਦੇ ਭਰਤੀ ਕੀਤੇ ਜਾਣ। ਸਾਡੇ ਕੱਚੇ ਮੁਲਾਜ਼ਮ 8-8 ਹਜ਼ਾਰ ਰੁਪਈਆ ਲੈ ਰਹੇ ਆ, ਅੱਗ ਦੇ ਵਿੱਚ ਅਸੀਂ 24 ਘੰਟੇ ਰਹਿੰਦੇ ਹਾਂ, ਕੋਈ ਵਿਚਾਰਿਆਂ ਦਾ ਬੀਮਾ ਨਹੀਂ। ਕੱਲ੍ਹ ਨੂੰ ਜੇ ਕੋਈ ਬਾਇਰ ਆਪਣਾ ਕਰੇ, ਕੋਈ ਬਾਏ 19-21 ਹੋ ਜਾਂਦੀ ਆ, ਇਹਨਾਂ ਦਾ ਪਰਿਵਾਰ ਪਿੱਛੇ ਕੀ ਕਰੂਗਾ? ਜੇ ਸਰਕਾਰ ਪੱਕਾ ਹੀ ਕਰਨੀ ਹੈ ਤਾਂ ਇਹਨਾਂ ਨੂੰ ਹੁਣ ਕਿਉਂ ਨਾ ਕੀਤਾ ਜਾਵੇ? ਜੇ ਬਲੀ ਤੋਂ ਦੇਣ ਤੋਂ ਬਾਅਦ ਸਰਕਾਰ ਕੋਈ ਕਦਮ ਚੱਕਦੀ ਆ, ਉਹਦਾ ਫਾਇਦਾ ਕੀ ਮੈਨੂੰ ਦੱਸੋ? ਮੈਂ ਤਾਂ ਬੇਨਤੀ ਇਹੀ ਕਰਨਾ ਚਾਹੁੰਦਾ ਵਾਂ। ਬਾਕੀ ਇਹਨੇ ਕੱਚੇ ਮੁਲਾਜ਼ਮਾਂ ਦੀ ਤੁਹਾਨੂੰ ਦੱਸਤੀ ਆ, ਰਹਿ ਗਈ ਰੈਗੂਲਰ ਮੁਲਾਜ਼ਮਾਂ ਦੀ ਗੱਲ। ਸਾਡੀ 2012 ਦੇ ਵਿੱਚ ਜਦੋਂ ਗ੍ਰੇਡ ਵਧੇ ਸੀਗੇ, ਉਦੋਂ ਸਾਨੂੰ ਕਲਰਕ ਗ੍ਰੇਡ ਦਿੱਤਾ ਸੀ, ਕਲਰਕਾਂ ਦੇ ਨਾਲ ਹੀ ਜੁੜੇ ਆ ਰਹੇ ਹਾਂ ਜੀ ਅਸੀਂ, ਠੀਕ ਹੈ ਜੀ। 10,000 ਪਲੱਸ 300, 34,800 ਪਲੱਸ 2,400 ਸਾਨੂੰ ਦਿੱਤਾ ਸੀਗਾ। 6-6 ਮਹੀਨੇ ਅਸੀਂ ਤਨਖਾਹ ਸਰਕਾਰ ਨੇ ਸਾਨੂੰ ਦਿੱਤੀ ਨਵੇਂ ਸਕਿੱਲਾਂ ਦੀ, ਹੁਣ ਸਾਡਾ ਸਕਿੱਲ ਘਟਾ ਕੇ 6,810-20,200 ਪਲੱਸ 2,400 ਕਰਤਾ, ਜਿਹੜਾ ਕਿ ਅਸੀਂ ਫੋਰਥ ਕਲਾਸ ਦੇ ਵਾਂਗੂ ਅਸੀਂ ਉਹ ਗ੍ਰੇਡ ਲੈ ਰਹੇ ਹਾਂ। ਕਲੈਰੀਕਲ ਸਾਡਾ ਡਿਪਾਰਟਮੈਂਟ ਹੈ ਜੀ, ਸਾਡੇ ਤੋਂ ਕੀ ਗਲਤੀ ਹੋਈ ਆ ਸਾਨੂੰ, ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ 5 ਗ੍ਰੇਡ ਦੇ 50 5 ਗ੍ਰੇਡ ਦੇ ਵੱਲ ਵੀ ਮਾੜਾ ਮੋਟਾ ਧਿਆਨ ਦਿੱਤਾ ਜਾਵੇ ਤਾਂ ਜੋ ਕਰਮਚਾਰੀਆਂ ਨੂੰ ਚੰਗੀ ਸਹੂਲਤ ਮਿਲ ਸਕੇ। ਰਹੀ ਗੱਲ ਫਾਇਰ ਸੇਫਟੀ ਸੂਟ ਦੀ, ਸਾਡੇ ਕੋਲ ਕੋਈ ਫਾਇਰ ਸੇਫਟੀ ਸੂਟ ਨਹੀਂ ਗਾ, ਆਹ ਡਾਂਗਰੀਆਂ ਸਿਰਫ ਅਤੇ ਖਾਕੀ ਵਰਦੀ ਜਿਹੜੀ ਕਿ ਪੰਜਾਬ ਪੁਲਿਸ ਵਾਲੀ ਹੁੰਦੀ ਆ, ਉਹ ਵੀ ਕੱਚੇ ਮੁਲਾਜ਼ਮਾਂ ਕੋਲ, ਉਹ ਵੀ ਹੈਣੀ ਜੀ ਕੱਚੇ ਮੁਲਾਜ਼ਮਾਂ ਨੂੰ, ਉਹ ਵੀ ਨਹੀਂ ਮਿਲ ਰਹੀ। ਸਾਡੇ ਕੋਲ ਹੈਗੀਆਂ, ਅਸੀਂ ਪਹਿਲਾਂ ਪੁੱਲਾਂ ਦੀਆਂ ਪਾਈ ਜਾਂਦੇ ਹਾਂ, ਰੂਟੀਨ ਦੇ ਵਿੱਚ ਜਿਹੜੀ 6-6 ਮਹੀਨਾ ਬਾਅਦ ਜਾਂ ਸਾਲ ਦੀ ਗਰਮੀ ਗੁਰਮੀ ਤਾਂ ਸਰਦੀ ਵਾਲੀ ਮਿਲਦੀ ਆ, ਕੋਈ ਸਾਰੀਆਂ ਬੰਦ ਪਈਆਂ ਜੀ। ਆਹੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ, ਕੈਪਟਨ ਸਾਹਿਬ ਨੂੰ, ਵੀ ਕੈਪਟਨ ਸਾਹਿਬ ਪੰਜਾਬ ਦੇ 5 ਗੇਟਾਂ ਦੇ ਹਾਲਾਤ ਵੀ ਵੇਖੋ ਮਾੜੇ ਜਿਹੇ ਆ ਕੇ, ਵੀ ਕਰਮਚਾਰੀ ਕਿੰਨੇ ਘੱਟ ਨੇ, ਕੀ ਹਾਲਾਤਾਂ ਨਾਲ ਝੁੰਝ ਰਹੇ ਨੇ। ਅੱਜ ਕੱਲ੍ਹ ਹਾੜੀਆਂ ਦਾ ਸੀਜ਼ਨ ਆ, ਤੁਸੀਂ ਸਾਡੇ ਹਾਲਾਤ ਵੇਖ ਲਓ ਕੀ ਸਾਡੇ ਨਾਲ ਵਾਪਰ ਰਹੀਆਂ ਨੇ। ਜੇ ਤਾਂ ਕਿਸੇ ਗੱਡੀ ਟਾਈਮ ਸਿਰ ਪਹੁੰਚ ਜਾਂਦੀ ਆ, ਭਾਵੇਂ ਪਹੁੰਚ ਜਾਂਦੀ ਆ ਤਾਂ ਜੱਟ ਸਾਡੀ ਛਾਵਾ ਛੇ ਵਾਹ ਵਾਹ ਕਰਦੇ ਆ। ਟ੍ਰੈਫਿਕ ਦੇ ਵਿੱਚ ਜੇ ਗੱਡੀ ਲੇਟ ਹੋ ਜਾਂਦੀ ਆ ਤਾਂ ਜੱਟ ਲਾ ਕੇ ਸਾਨੂੰ ਕੁੱਟਦੇ ਆ, ਜਿਵੇਂ ਕਿ 0 5 ਬ੍ਰਿਗੇਡ ਦੀ ਵਿਚਾਰੇ ਦੀ, ਡਰਾਈਵਰ ਦੀ ਕਹਿਣੀ ਫਾਇਰਮੈਨ ਦੀ ਬਾਂਹ ਤੋੜ ਦਿੱਤੀ, ਗੱਡੀ ਭੰਨੀ, ਠੀਕ ਆ। ਅਸੀਂ
ਗੁਜ਼ਾਰਿਸ਼ ਕਰਦੇ ਹਾਂ ਕੈਪਟਨ ਸਾਹਿਬ ਨੂੰ ਵੀ ਇਸ ਮਹਿਕਮੇ ਵੱਲ ਪਲੀਜ਼ ਪਲੀਜ਼ ਪੂਰਾ ਧਿਆਨ ਦਿੱਤਾ ਜਾਵੇ। ਜਗਦੀਸ਼ ਕੁਮਾਰ ਸ਼ਰਮਾ ਜੀ, ਸ਼ਰਮਾ ਜੀ, ਜਿਹੜੀ ਤੁਹਾਡੇ ਮੁਲਾਜ਼ਮਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ, ਕੀ ਪੂਰਾ ਮਾਮਲਾ ਜੀ ਕੀ ਹੈ? ਸਾਡੇ ਕੋਲ ਗੱਡੀਆਂ, ਚਾਰ ਵੱਡੀਆਂ ਗੱਡੀਆਂ, ਇੱਕ ਫਾਇਰ ਜੀਪ, ਸਟਾਫ ਬਹੁਤ ਘੱਟ ਹੈ ਜੀ, 11 ਕੱਚੇ ਫਾਇਰਮੈਨ ਨੇ, 3 ਕੱਚੇ ਡਰਾਈਵਰ ਨੇ, 24 ਘੰਟੇ ਡਿਊਟੀ ਕਰ ਰਹੇ ਹੁਣ ਲਗਾਤਾਰ। ਹੁਣ ਜਦੋਂ ਕਹਿੰਦਾ 9,000 ਰੁਪਏ ਤਨਖਾਹ ਮਿਲਦੀ ਸਾਰੀ। ਇਸ ਸੰਬੰਧ 'ਚ ਕੋਈ ਸਰਕਾਰ ਨੂੰ ਤੁਸੀਂ ਲਿਖ ਕੇ ਦਿੱਤਾ? ਉਹ ਲਿਖ ਕੇ ਤਾਂ ਸਾਡੇ ਇੰਚਾਰਜ ਸਾਹਿਬ ਦੱਸੋਗੇ, ਸਾਰਾ ਕੁਛ ਉਹਨਾਂ ਕੋਲ ਹੀ ਹੈ, ਸਾਰਾ ਕੁਛ ਲਿਖਿਆ ਹੈ। ਬ੍ਰਿਗੇਡ ਜਿਹੜੇ ਇੰਪਲੋਈਜ਼ ਆ, ਉਹਨਾਂ ਨੇ ਅੱਜ ਕੈਪਟਨ ਸਰਕਾਰ ਨੂੰ ਰੋਸ ਜਿਤਾਇਆ ਕਿ ਜਿਹੜੇ ਮੁਲਾਜ਼ਮਾਂ ਦੀ ਕਮੀ ਕਾਰਨ ਉਹਨਾਂ ਨੂੰ 24 ਘੰਟੇ ਡਿਊਟੀ ਕਰਨੀ ਪੈ ਰਹੀ ਹੈ। ਸਰ, ਕੀ ਹੈ ਜੀ ਤੁਹਾਡੇ ਧਿਆਨ 'ਚ? ਜੀ, ਮੇਰੇ ਧਿਆਨ 'ਚ ਹੈ ਮਿਊਨਸੀਪਲ ਕਾਰਪੋਰੇਸ਼ਨ ਮੋਗਾ ਵਿੱਚ ਜਿਹੜਾ ਫਾਇਰ ਬ੍ਰਿਗੇਡ ਦਾ ਜਿਹੜਾ ਸਟਾਫ ਹੈਗਾ ਉਹਦੇ ਵਿੱਚ ਕਮੀ ਹੈ। ਸੈਂਕਸ਼ਨ ਸਟਰੈਂਥ ਜ਼ਿਆਦਾ ਹੈ ਲੇਕਿਨ ਪੋਸਟਾਂ ਜਿਹੜੀਆਂ ਭਰੀਆਂ ਹੋਈਆਂ ਉਹ ਘੱਟ ਹਨ, ਖਾਲੀ ਪਈਆਂ ਹੈਗੀਆਂ ਵੈਕੈਂਸੀਜ਼। ਜੇ ਆਪਾਂ ਡਿਊਟੀ ਦੀ ਗੱਲ ਕਰੀਏ ਔਰ ਡਿਊਟੀ ਦੀ ਜਿਹੜੀ ਉਹਨਾਂ ਦੀ ਉਹਦੀ ਸੰਵੇਦਨਸ਼ੀਲਤਾ ਦੀ ਗੱਲ ਕਰੀਏ ਤਾਂ ਹੈ ਤਾਂ 24 ਘੰਟੇ ਦੀ ਡਿਊਟੀ, ਲੇਕਿਨ ਇਹ ਹੈ ਕਿ ਜੇ ਸਟਾਫ ਔਰ ਸਟਰੈਂਥ ਜਿਹੜੀ ਹੈ ਉਹ ਮੁਕੰਮਲ ਹੋਵੇ ਅਤੇ ਉਹ ਰੋਸਟਰ ਬਣ ਜਾਂਦਾ ਹੈਗਾ, ਫਿਰ ਬੰਦੇ ਨੂੰ 24 ਘੰਟੇ ਹਰ ਵੇਲੇ ਅਵੇਲੇਬਲ ਨਹੀਂ ਰਹਿਣਾ ਪੈਂਦਾ। ਸੋ ਉਹਨੂੰ ਵੀ ਹਰੇਕ ਜਿਹੜਾ ਵਰਕਰ ਹੈ ਫਾਇਰ ਦਾ ਜਿਹੜਾ ਕੰਮ ਕਰਦਾ ਹੈ, ਜਿਹੜਾ ਕਿ ਬੜਾ ਹੀ ਖਤਰੇ ਵਾਲਾ ਕੰਮ ਹੈਗਾ, ਉਹਨੂੰ ਵੀ ਆਫਟਰ ਆਲ ਰੈਸਟ ਚਾਹੀਦੀ ਹੈ। ਸੋ ਪੋਸਟਾਂ ਖਾਲੀ ਹਨ ਅਤੇ ਉਹ ਪੋਸਟਾਂ ਨੂੰ ਭਰਨ ਵਾਸਤੇ ਮੈਂ ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਕਰਕੇ ਵੀ ਵਿਲ ਮੇਕ ਸ਼ੋਰ ਕਿ ਪੋਸਟਾਂ ਭਰੀਆਂ ਜਾਣ। ਸਰ, ਸੇਫਟੀ ਸ਼ੂਜ਼, ਸੇਫਟੀ ਜਿਹੜੀ ਡਰੈਸਿਸ ਆ ਉਹ ਅਵੇਲੇਬਲ ਨਹੀਂ ਗੀਆਂ ਜੀ ਉੱਥੇ? ਉਹ ਕਹਿੰਦੇ ਸੀ ਬਿਨਾਂ ਇਸ ਤੋਂ ਹੀ ਜਾਂਦੇ ਹਾਂ, ਜਦੋਂ ਅੱਗ ਬੁਝਾਉਣ ਜਾਂਦੇ ਹਾਂ ਤਾਂ। ਇਹਦੇ ਬਾਰੇ ਮੈਂ ਚੈੱਕ ਕਰਕੇ ਹੀ ਦੱਸ ਸਕਦਾ ਹੈਗਾ, ਔਰ ਜਿੰਨਾ ਵੀ ਸੇਫਟੀ ਇਕੁਇਪਮੈਂਟ ਹੈਗਾ ਉਹ ਤਾਂ ਬਹੁਤ ਜ਼ਰੂਰੀ ਹੈਗਾ, ਕਿਉਂਕਿ ਆਪਾਂ ਇਹਨਾਂ ਨੇ ਹੀ ਦੂਸਰਿਆਂ ਦੀ ਜਾਨ ਬਚਾਉਣੀ ਹੈ, ਉਹ ਤਾਂ ਹੀ ਸੰਭਵ ਹੋਏਗਾ ਜੇ ਇਹ ਫੁੱਲੀ ਇਕੁਇਪਡ ਹੋਣ। ਸੋ ਇਹਦੇ ਬਾਰੇ ਵੀ ਮੈਂ ਇੱਕ ਵਾਰੀ ਚੈੱਕ ਕਰਕੇ ਹੀ ਦੱਸ ਸਕਦਾ। ਇੱਕ ਓਵਰ ਟਾਈਮ ਦੀ ਗੱਲ ਕੀਤੀ ਸੀ, ਓਵਰ ਟਾਈਮ ਨਹੀਂ ਮਿਲ ਰਿਹਾ, ਕਹਿੰਦੇ 24 ਘੰਟੇ ਡਿਊਟੀ ਵੀ ਕਰਨ ਨੂੰ ਤਿਆਰ ਹਾਂ ਬਟ ਓਵਰ ਟਾਈਮ ਨਹੀਂ ਦੇ ਰਹੀ ਸਰਕਾਰ। ਇਹਦੇ ਵਿੱਚ ਦੇਰ ਇਜ਼ ਅ ਪੋਲਿਸੀ, ਇੱਕ ਵਾਰੀ ਚੈੱਕ ਕਰਨਾ ਪਏਗਾ ਵੀ ਇਹਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋ ਰਹੀ। ਇਹਦੇ ਵਾਸਤੇ ਮੇਰੇ ਕੋਲ ਕੋਈ ਇਹਨਾਂ ਦੀ ਰਿਪ੍ਰਜੈਂਟੇਸ਼ਨ ਨਹੀਂ ਆਈ ਹੈਗੀ, ਕਿਉਂਕਿ ਤੁਸੀਂ ਨੋਟਿਸ ਲਿਆ ਦਿੱਤਾ ਹੈਗਾ ਤਾਂ ਮੈਂ ਇਹਦਾ ਸੋ ਮੋਟੋ ਨੋਟਿਸ ਲੈ ਕੇ ਤਾਂ ਵੀ ਵਿਲ ਮੇਕ ਸ਼ੋਰ ਕਿ ਇਹਨਾਂ ਦੀਆਂ ਜੋ ਇਹਨਾਂ ਦੇ ਇੰਟਾਈਟਲਮੈਂਟਸ ਹੈਗੀਆਂ ਉਹ ਇਹਨਾਂ ਨੂੰ ਮਿਲਣ।